ਗੱਲਬਾਤ ਕਰਨੀ ਅੱਜ ਮੀਡੀਆ ਤੇ ਆਪਾਂ, ਜਿਹੜਾ ਪੰਜਾਬ ਦਾ ਮੀਡੀਆ ਅਸਲ ਮੁੱਦਿਆਂ ਤੋਂ ਹਟ ਕੇ ਹੋਰ ਹੀ ਪਾਸੇ, ਜਿਵੇਂ ਪਹਿਲਾਂ ਸਾਗਰ ਦੀ ਵਹੁਟੀ ਫੜੀ ਬਹੁਤ ਸਾਰਿਆਂ ਨੇ ਚਲਾਈ, ਉਸ ਤੋਂ ਬਾਅਦ ਮੂਸੇ ਵਾਲੇ ਦੇ ਘਰ ਬੱਚਾ ਹੋਇਆ, ਚਲੋ ਉਹ ਬਹੁਤ ਚਲਾਇਆ ਸਾਰਿਆਂ ਨੇ, ਉਸ ਤੋਂ ਬਾਅਦ ਹੁਣ ਆਰਕੈਸਟਰਾ ਵਾਲੀ ਦਾ ਰੌਲਾ ਪਿਆ ਹੋਇਆ, ਉਹ ਬਹੁਤ ਇੰਟਰਵਿਊਆਂ ਕਰ ਰਿਹਾ ਲਗਾਤਾਰ, ਮਤਲਬ ਹਰ ਇੱਕ ਖਬਰ ਕਿ ਤੁਸੀਂ ਦਾਰੂ ਪੀਤੀ ਸੀ, ਤੁਸੀਂ ਉੱਧਰ ਨੂੰ ਗਏ ਸੀ, ਤੁਹਾਡੇ ਗਲਾਸ ਵੱਜੇ ਸੀ, ਕੱਲੀ ਕੱਲੀ ਐਡੀਆਂ ਵੱਡੀਆਂ ਇੰਟਰਵਿਊਆਂ ਵੀ ਅਸਲ ਮੁੱਦੇ, ਚਾਹੇ ਉਹ ਇਲੈਕਟੋਰਲ ਬੌਂਡ ਹੋਣ, ਚਾਹੇ ਉਹ ਹੋਵੇ ਆਪਣੇ ਪੰਜਾਬ ਦੇ ਵਿੱਚ, ਹੁਣ ਅੱਜ ਹੀ ਦੇਖਿਆ ਆਪਾਂ ਕਿ ਅੰਮ੍ਰਿਤਸਰ ਵਾਲੀ ਸਾਈਡ ਚਿੱਟੇ ਦੇ ਨਾਲ ਰੱਜੇ ਹੋਏ ਨੌਜਵਾਨ ਨੇ ਆਪਣੇ ਘਰੇ 3 ਕਤਲ ਕਰਤੇ, ਬਿਲਕੁਲ, ਚਾਹੇ ਮੰਡੀਆਂ ਬੰਦ ਕੀਤੀਆਂ ਸੀਗੀਆਂ ਸਰਕਾਰ ਨੇ, ਚਾਹੇ ਵਾਪਸ ਲੈ ਲਿਆ, ਪਰ ਮੁੱਦਾ ਇਹ ਕਿਉਂ ਨਹੀਂ ਚੱਕਦੇ ਵੀ ਹੋਰ ਹੀ ਪਾਸੇ ਕਿਉਂ ਤੁਰੇ ਫਿਰਦੇ ਆ? ਪੰਜਾਬ ਦੇ ਮੀਡੀਆ ਦਾ ਤਾਂ ਮਤਲਬ ਵੈਸੇ ਤਾਂ ਦੇਸ਼ ਦੇ ਮੀਡੀਆ ਦਾ ਹੀ ਹੈ, ਪਰ ਪੰਜਾਬ ਦੇ ਮੀਡੀਆ ਦਾ ਜਮ੍ਹਾਂ ਹੀ ਬੇੜਾ ਪੈ ਗਿਆ। ਮਤਲਬ ਪੰਜਾਬ ਦਾ ਮੀਡੀਆ ਤਾਂ ਉਹ ਮੁੱਦੇ ਲੈ ਕੇ ਆਉਂਦਾ ਜਿਹੜੇ ਅਸਲ 'ਚ ਮੁੱਦੇ ਹੀ ਹੈ ਨਹੀਂ। ਸਾਗਰ ਦੀ ਵਹੁਟੀ ਜਿਵੇਂ ਤੁਸੀਂ ਕਿਹਾ, ਸਾਗਰ ਦੀ ਵਹੁਟੀ ਚੱਲੀ ਹੋਊ ਮੇਰੇ ਹਿਸਾਬ ਨਾਲ 15 ਦਿਨ, ਜੇ ਮੂਸੇਵਾਲੇ ਦਾ ਘਰੇ ਬੱਚੇ ਦਾ ਜਨਮ ਨਾ ਹੁੰਦਾ ਤਾਂ ਸਾਗਰ ਦੀ ਵਹੁਟੀ ਹਜੇ 20 ਦਿਨ ਹੋਰ ਚੱਲਦੀ। ਉਹ ਬੜੇ ਲੋਕਾਂ ਨੇ ਕਿਹਾ ਕਿ ਧੰਨਵਾਦ ਵੀ ਮੂਸੇਵਾਲੇ ਦੇ ਛੋਟੇ ਭਰਾ ਦਾ ਜਿਹਨੇ ਸਾਗਰ ਦੀ ਬਹੁ ਰੋਕੀ। ਠੀਕ ਆ, ਸਾਗਰ ਦੀ ਵਹੁਟੀ ਚੱਕਿਆ, ਜਿਹੜਾ ਕਿਹੜਾ ਪੱਤਰਕਾਰ ਚਲੋ ਜੀ ਉਹਦੇ ਘਰੇ, ਠੀਕ ਹੈ ਤੁਸੀਂ ਕਿਵੇਂ ਹੋ ਜੀ, ਤੁਸੀਂ ਕਿਵੇਂ ਚੱਲ ਗਏ ਜੀ ਕਿਵੇਂ, ਮਤਲਬ ਉਸੇ ਸਮੇਂ ਦੌਰਾਨ ਪੰਜਾਬ 'ਚ ਹਜ਼ਾਰਾਂ ਮੁੱਦੇ ਸੀ। ਠੀਕ ਹੈ, ਪੰਜਾਬ ਦੇ ਵਿੱਚ ਬੜੀਆਂ ਸਮੱਸਿਆਵਾਂ ਹੈ ਪੰਜਾਬ ਦੀਆਂ, ਪੰਜਾਬ ਦੇ ਮਤਲਬ ਪੰਜਾਬ 'ਚ ਜੇ ਤੁਸੀਂ ਕਹੋ ਨਾ, ਪੰਜਾਬ 'ਚ ਅੱਜ ਐਡਾ ਖਲਾਅ ਬਣਿਆ ਪਿਆ ਨਾ, ਰਾਜਨੀਤਿਕ ਖਲਾਅ ਬਣਿਆ ਪਿਆ, ਪੰਜਾਬ ਦੇ ਲੋਕਾਂ ਕੋਲ ਕੋਈ ਉਹਦਾ ਹੱਲ ਨਹੀਂ ਦਿਸ ਰਿਹਾ, ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ ਦਿਸ ਰਿਹਾ। ਸਾਰੀਆਂ ਪਾਰਟੀਆਂ ਆਪਦੇ ਆਪ ਨੂੰ ਬਚਾਉਣ 'ਤੇ ਜ਼ਰੂਰ ਲੱਗੀਆਂ ਪਈਆਂ, ਨਾਰਾ ਪੰਜਾਬ ਬਚਾਉਣ ਦਾ ਵਰਤਦੀਆਂ, ਪਰ ਆਪਦੇ ਆਪ ਨੂੰ ਬਚਾਉਣ 'ਤੇ ਲੱਗੀਆਂ ਪਈਆਂ। ਪੰਜਾਬ ਨੂੰ ਦੀ ਬਾਂਹ ਫੜਨ ਲਈ, ਪੰਜਾਬ ਲਈ ਕੋਈ ਵਿਜ਼ਨ ਹੋਵੇ ਉਹ ਕੋਈ ਕਿਸੇ ਪਾਰਟੀ ਕੋਲ ਨਹੀਂ। ਮੀਡੀਆ ਨੇ ਜਿਹੜੇ ਲੋਕਾਂ ਦੇ ਮੁੱਦੇ ਹੁੰਦੇ ਆ ਉਹ ਲੈ ਕੇ ਆਉਣੇ ਹੁੰਦੇ ਆ ਵੀ ਭਾਈ ਕਿਸੇ ਏਰੀਏ ਦੇ ਵਿੱਚ ਲੋਕਾਂ ਦੀਆਂ ਕੋਈ ਗਲੀਆਂ ਦੀਆਂ ਸਮੱਸਿਆਵਾਂ, ਨਾਲੀਆਂ ਦੀਆਂ ਸਮੱਸਿਆਵਾਂ, ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ, ਲੋਕਾਂ ਦੇ ਹਸਪਤਾਲ 'ਚ ਇਲਾਜ ਹੈਣੀ। ਹੁਣੇ ਫਰੀਦਕੋਟ ਦੀ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਇਲਾਜ ਦੀ ਕਿ ਉੱਥੇ MRI ਵਾਲੀ ਮਸ਼ੀਨ ਗਰਮ ਹੋਈ ਜਾਂਦੀ, ਉਹ ਕਹਿੰਦੇ ਸਹੀ ਨਹੀਂ, ਅੱਜ MRI ਨਹੀਂ ਹੋਈ ਕਿਸੇ ਦੀ, ਇੱਕ ਬੱਚਾ ਸੀਰੀਅਸ ਹੈ ਉਹਦੇ ਸਿਰ ਦੀ MRI ਹੋਣੀ ਸੀ, ਮੈਂ ਡਾਕਟਰ ਨਾਲ ਗੱਲ ਕੀਤੀ, ਉਹ ਕਹਿੰਦੇ ਸਾਡੀ ਮਸ਼ੀਨ ਨਹੀਂ ਸਹੀ, ਮਸ਼ੀਨ ਗਰਮ ਹੋਈ ਜਾਂਦੀ ਹੈ, ਚੱਲ ਹੀ ਨਹੀਂ ਰਹੀ। ਹੁਣ ਤੁਸੀਂ ਦੇਖੋ ਇੱਕ ਕੋਈ ਹੱਡੀਆਂ ਦੀ ਜਾਂਚ ਕਰਨ ਵਾਲੀ ਮਸ਼ੀਨ ਹੈ, ਟੈਸਟ ਕਰਨ ਵਾਲੀ ਮਸ਼ੀਨ ਹੈ, ਉਹ ਮਸ਼ੀਨ ਨਹੀਂ ਚੱਲ ਰਹੀ, ਜੇ ਉਹ ਬਾਹਰੋਂ ਟੈਸਟ ਕਰਾਉਣ ਤਾਂ 8,000 ਦਾ, ਅੰਦਰੋਂ 500 ਰੁਪਏ ਦਾ। ਮਤਲਬ ਮੁੱਦੇ ਤਾਂ ਪੰਜਾਬ ਦੇ ਵਿੱਚ ਇੰਨੇ ਆ ਕਿ ਜੇ ਤੁਸੀਂ ਸਾਰਾ ਦਿਨ ਵੀ ਲੱਗੇ ਰਹੋ ਤਾਂ ਵੀ ਉਹ ਮੁੱਦੇ ਨਹੀਂ ਕਵਰ ਹੁੰਦੇ, ਮਹੀਨਾ ਮਹੀਨਾ ਵੀ ਲੱਗੇ ਰਹੋ ਤਾਂ ਵੀ ਮੁੱਦੇ ਕਵਰ ਨਹੀਂ, ਕਿਉਂਕਿ ਉਦੋਂ ਕੋਈ ਹੋਰ ਮੁੱਦੇ ਖੜ੍ਹੇ ਹੋ ਜਾਂਦੇ ਆ। ਪਰ ਜਿਹੜਾ ਮੀਡੀਆ ਪੰਜਾਬ ਦਾ, ਜਿਹੜਾ ਗੋਦੀ ਮੀਡੀਆ ਪ੍ਰੋਪਰ ਰੂਪ 'ਚ ਬਣ ਚੁੱਕਿਆ, ਮਤਲਬ ਜਿਹਦਾ ਮਕਸਦ ਸਰਕਾਰ ਨੂੰ ਸਵਾਲ ਕਰਨਾ ਤਾਂ ਹੈ ਹੀ ਨਹੀਂ, ਜਿਹਦਾ ਮਕਸਦ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ ਤਾਂ ਹੈ ਹੀ ਨਹੀਂ, ਜਿਹਦਾ ਮਕਸਦ ਇਹ ਕੋਈ ਸੜਿਆ ਜਾ, ਜੇ ਹੁਣ ਮਤਲਬ ਚਵਲਿਆ ਜਿਹਾ ਮੁੱਦਾ ਜਿਹੜਾ ਜਿਹਦਾ ਕੋਈ ਅੰਗ ਮੂੰਹ ਸਿਰ ਨਹੀਂ, ਉਹ ਫੜੋ ਉਹਦੇ 'ਤੇ 5-10 ਦਿਨ। ਫਿਰ ਹੁਣ ਜਿਵੇਂ ਹਾਂ ਤੁਸੀਂ ਆਰਕੈਸਟਰਾਲੀ ਦੀ ਗੱਲ ਕੀਤੀ, ਪਹਿਲਾਂ ਤਾਂ ਆਰਕੈਸਟਰਾਲੀ ਦੀ ਇੰਟਰਵਿਊ ਕਰੋ, ਸਾਰੇ ਹੀ ਭੱਜ ਗਏ ਤੜਕੇ ਨੂੰ ਦੇਖਿਆ, ਜਦੋਂ ਰੌਲਾ ਪੈਣ ਤੋਂ ਵੀਡੀਓ ਉਹ ਕਲਿੱਪ ਵਾਇਰਲ ਹੋਈ ਨੂੰ ਹਜੇ 1/2 ਘੰਟਾ ਹੋਇਆ ਤਾਂ ਉਹਦੀਆਂ ਇੰਟਰਵਿਊਆਂ ਸ਼ੁਰੂ ਹੋ ਗਈਆਂ। ਪਹਿਲਾਂ ਤਾਂ ਉਹ ਕੁੜੀ ਦੀਆਂ ਸਾਰਿਆਂ ਨੇ ਇੰਟਰਵਿਊਆਂ ਕੀਤੀਆਂ, ਮੈਨੂੰ ਨਹੀਂ ਪਤਾ ਇਹ ਮਸਲੇ 'ਚ ਕੌਣ ਸਹੀ ਹੈ ਕੌਣ ਗਲਤ ਹੈ, ਕਿਉਂਕਿ ਐਡਾ ਮਸਲਾ ਹੈ ਨਹੀਂ, ਇਹ ਮਸਲੇ ਆਮ ਹੀ ਵਿਆਹਾਂ 'ਚ ਹੁੰਦੇ ਨੇ। ਬਹੁਤ ਛੋਟਾ ਵੀਡੀਓ, ਛੋਟੀ ਵੀਡੀਓ, ਛੋਟੀ ਸੀ, ਉਹ 'ਚ ਗੁੱਸਾ ਆ ਗਿਆ ਕੁੜੀ ਦਾ, ਕੁੜੀ ਨੂੰ ਗੁੱਸਾ ਆ ਗਿਆ, ਥੱਲਿਓ ਮੁੰਡੇ ਨੂੰ ਗੁੱਸਾ ਆ ਗਿਆ, ਚਲੋ ਉਹ ਨਿਬੜ ਗਿਆ। ਇਹ ਅਕਸਰ ਹੀ ਵਿਆਹਾਂ ਦੇ ਵਿੱਚ ਹੁੰਦਾ ਵੀ ਰਹਿੰਦਾ, ਕਿਉਂਕਿ ਅਕਸਰ ਹੀ ਸਾਡੀ ਮਾਨਸਿਕਤਾ ਚਲੋ ਕੁੜੀਆਂ ਪ੍ਰਤੀ ਇਹੋ ਜਿਹੀ ਹੈ। ਮੈਂ ਮਤਲਬ ਬਹੁਤੀ ਗਿਣਤੀ ਇਹੀ ਕਹਿਣਾ ਕਿ ਕੁੜੀਆਂ ਨੂੰ ਜਦੋਂ ਨੱਚਣ ਵਾਲੀਆਂ ਕੁੜੀਆਂ ਹੁੰਦੀਆਂ ਨਾ, ਉਹਨਾਂ ਨੂੰ ਸਮਾਨ ਹੀ ਸਮਝ ਲੈਂਦੇ ਆ, ਅਤੇ ਉਹਨਾਂ ਨੂੰ ਹਰੇਕ ਨਹੀਂ ਹੁੰਦਾ ਵੀ ਚੱਕ ਕੇ ਲੈ ਜਾਈਏ, ਇਹਨਾਂ ਦੇ ਨੰਬਰ ਫੜਾ ਦਈਏ, ਇਹਨਾਂ ਨਾਲ ਮੁੜ ਕੇ ਕੱਲ੍ਹ ਨੂੰ ਨਾਈਟ ਦੇ ਸੌਦੇ ਕਰੀਏ, ਉਹ ਆਮ ਹੀ ਮਾਨਸਿਕਤਾ। ਇਹ ਇੱਕ ਐਡੀ ਕੁ ਗੱਲ ਹੀ ਹੈ, ਇਸ ਤੋਂ ਵੱਡੀ ਇਹ ਗੱਲ ਹੈ ਨਹੀਂ। ਪਰ ਜਿਵੇਂ ਮੀਡੀਆ ਨੇ ਉਹ ਪਹਿਲਾਂ ਕੁੜੀ ਦੀ ਇੰਟਰਵਿਊ, ਫਿਰ ਉਹ ਔਰਗਨਾਈਜ਼ਰ ਦੀ ਇੰਟਰਵਿਊ, ਫਿਰ ਉਹ ਤੀਜੇ ਬੰਦਨ ਦੀ ਇੰਟਰਵਿਊ, ਹੁਣ ਆਰਕੈਸਟਰਾ ਦੇ ਪ੍ਰਧਾਨ ਦੀ ਇੰਟਰਵਿਊ, ਹੁਣ ਹੋਰ ਆਰਕੈਸਟਰਾ ਦੀ ਇੰਟਰਵਿਊ, ਹੁਣ ਕੁੜੀ ਨੇ ਸ਼ਰਾਬ ਪੀਤੀ ਹੈ ਕਿ ਨਹੀਂ ਪੀਤੀ, ਉਹ ਕੀਤੀ ਹੈ ਕਿ ਨਹੀਂ ਕੀਤੀ। ਸ਼ਰਾਬ ਨਾਲ ਇੱਥੇ
22 23 ਬੰਦੇ ਮਰ ਗਏ, ਉੱਥੇ ਤਾਂ ਕੋਈ ਗਿਆ ਨਹੀਂ, ਉਹ ਡਾਂਸਰ ਨੇ ਸ਼ਰਾਬ ਪੀਤੀ ਕਿ ਨਹੀਂ ਪੀਤੀ, ਇਹ ਜ਼ਰੂਰੀ ਮੁੱਦਾ ਹੋ ਗਿਆ। ਉਦੋਂ ਮੀਡੀਆ ਦੀ ਜ਼ਬਾਨ ਨੂੰ ਲਕਵਾ ਮਰ ਗਿਆ, ਉਦੋਂ ਮੀਡੀਆ ਦੇ ਮੂੰਹ 'ਚ ਘੁੰਗਣੀਆਂ ਪੈ ਗਈਆਂ ਵੀ ਤੁਸੀਂ ਮੁੱਖ ਮੰਤਰੀ ਨੂੰ ਸਵਾਲ ਪੁੱਛੋ ਵੀ ਭਾਈ ਤੇਰੇ ਤੇਰਾ ਹਲਕਾ ਲੋਕ ਸਭਾ ਜਦੋਂ ਤੂੰ MP ਸੀ, ਤੂੰ ਕਹਿਣਾ ਮੇਰੀ ਰਾਜਧਾਨੀ ਹੈ, ਤੇਰੀ ਰਾਜਧਾਨੀ ਦੇ ਵਿੱਚ 22 ਬੰਦੇ ਮਰ ਗਏ, ਤੂੰ ਅੱਜ ਆ ਕੇ 15-10 ਦਿਨਾਂ ਬਾਅਦ ਇੱਥੇ ਕੀ ਗੋਂਗਲਾਂ ਦੀ ਮਿੱਟੀ ਝਾੜਨਾ ਹੈ? ਜਿਹੜੇ ਜਿਹੜੇ ਲੋਕਾਂ ਨੇ ਸਵਾਲ ਕਰਨੇ ਸੀ ਉਹਨਾਂ ਨੂੰ ਤੁਸੀਂ ਘਰੇ ਗ੍ਰਿਫਤਾਰ ਕਰ ਲਿਆ, ਪਰ ਉੱਥੇ ਨਹੀਂ ਬੋਲਣਾ। ਸਾਰਾ ਟਾਈਮ ਮੀਡੀਆ ਉੱਥੇ ਨਹੀਂ ਗਿਆ ਜਿੱਦਾਂ ਮੁੱਖ ਮੰਤਰੀ ਨੇ ਜਾਣਾ ਸੀ, ਉੱਥੇ ਚਲਾਈ ਜਾਵੇ, ਠੀਕ ਹੈ। ਪੰਜਾਬ ਦਾ ਮੀਡੀਆ ਪੰਜਾਬ ਦੇ ਕਿਸੇ ਮੁੱਦੇ 'ਤੇ ਜਾਂਦਾ ਨਹੀਂ, ਜਿੱਦਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਉੱਥੇ ਇਕੱਠ ਸੀ, ਉੱਥੇ ਸਾਰਾ ਤੁਰ ਗਿਆ। ਮਤਲਬ ਜਿਹੜਾ ਮੁੱਦਾ ਹੈ ਨਹੀਂ ਉਹਨੂੰ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ, ਅਤੇ ਜਿਹੜੇ ਮੁੱਦੇ ਹੈ ਉਹਨਾਂ ਨੂੰ ਲੁਕੋਇਆ ਜਾਂਦਾ, ਉਹਨਾਂ ਨੂੰ ਪਾਸੇ ਕੀਤਾ ਜਾਂਦਾ, ਅੱਖੋਂ ਪਰੋਖੇ ਕੀਤਾ ਜਾਂਦਾ, ਲੋਕਾਂ ਤੋਂ ਪਾਸੇ ਕੀਤਾ ਜਾਂਦਾ, ਤਾਂ ਕਿ ਲੋਕਾਂ ਦਾ ਆਪਦੇ ਅਸਲ ਮੁੱਦਿਆਂ 'ਤੇ ਧਿਆਨ ਹਟ ਕੇ ਉਹਨਾਂ ਮੁੱਦਿਆਂ 'ਤੇ ਧਿਆਨ ਜਾਵੇ ਜਿਹੜੇ ਮੁੱਦਿਆਂ ਨਾਲ ਸਰਕਾਰਾਂ ਨੂੰ ਫਾਇਦਾ ਹੋਣਾ। ਦੇਖੋ ਪੰਜਾਬ ਦੇ ਵਿੱਚ ਮਹਿੰਗਾਈ ਦੀ ਸਮੱਸਿਆ, ਹੁਣ ਚੋਣਾਂ ਆਉਣਗੀਆਂ, ਸਾਰੀਆਂ ਪਾਰਟੀਆਂ ਨੂੰ ਇਹ ਸਵਾਲ ਕਰਨਾ ਬਣਦਾ ਹੈ, ਮੀਡੀਆ ਦਾ ਖਾਸ ਕਰਕੇ, ਅਤੇ ਸਾਡਾ ਮੀਡੀਆ ਦੀ ਉਨੀ ਪਹੁੰਚ ਹੈ ਨਹੀਂ, ਠੀਕ ਹੈ। ਜਿਹੜੇ ਵੱਡੇ ਚੈਨਲ ਹੈ ਜਿਨ੍ਹਾਂ ਦੇ ਨਾਂ ਹੈ, ਬ੍ਰਾਂਡ ਹੈ, ਜਿਹੜੇ ਬੈਠੇ ਹੈ, ਉਹਨਾਂ ਦਾ ਇੱਕ ਸਵਾਲ ਕਰਨਾ ਬਣਦਾ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਬੇਰੁਜ਼ਗਾਰੀ ਲਈ ਕੀ ਕੀਤਾ, ਪੰਜਾਬ ਦੇ ਮੁੱਖ ਮੰਤਰੀ ਨੇ ਨਸ਼ਿਆਂ ਲਈ ਕੀ ਕੀਤਾ, ਕਿਉਂਕਿ 2 ਸਾਲ ਦਾ ਸਮਾਂ ਹੈ, ਹੁਣ ਚੋਣਾਂ ਆਈਆਂ, ਚੋਣਾਂ ਦੇ ਮੌਕੇ ਸਵਾਲ ਹੁੰਦੇ ਆ। ਪੰਜਾਬ ਦੇ ਮੁੱਖ ਮੰਤਰੀ ਨੇ ਬੇਅਦਬੀ 'ਤੇ ਕੀ ਕੀਤਾ ਜਿਹੜਾ ਸਾਡਾ ਮੁੱਦਾ ਸੀ, ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਹੋਰ ਮਤਲਬ ਕਾਰੋਬਾਰ ਵਧੇ ਉਹਦੇ ਲਈ ਕੀ ਕਦਮ ਉਠਾਏ, ਗੈਂਗਸਟਰ ਵਾਸਤੇ ਕੀ ਕਦਮ ਰਹੇ, ਕਾਨੂੰਨ ਵਿਵਸਥਾ 'ਤੇ ਕੀ ਕੰਮ ਰਿਹਾ, ਉਹਨਾਂ ਸਾਰਿਆਂ 'ਤੇ ਸਵਾਲ ਛੱਡ ਕੇ ਹੋਰ ਹੀ ਮੁੱਦੇ ਚੱਕ ਕੇ ਲੋਕਾਂ ਨੂੰ ਗੁੰਮਰਾਹ ਕਰਨਾ, ਲੋਕਾਂ ਨੂੰ ਉਲਝਾਉਣਾ, ਅਤੇ ਲੋਕਾਂ ਦੇ ਦਿਮਾਗ ਨਾਲ ਖੇਡਣਾ, ਇਹ ਸਾਰਾ ਕੰਮ ਅੱਜ ਪੰਜਾਬ ਦਾ ਮੀਡੀਆ। ਉਹਦੇ ਵਿੱਚ ਬੜੇ ਵੱਡੇ ਵੱਡੇ ਨਾਂ ਪੱਤਰਕਾਰ ਜਿਹੜੇ ਕਿ ਕਾਂਗਰਸ ਦੀ ਸਰਕਾਰ ਮੌਕੇ, ਅਕਾਲੀਆਂ ਦੀ ਸਰਕਾਰ ਮੌਕੇ ਬੈਠ ਕੇ ਚੈਨਲਾਂ ਦੇ ਉੱਤੇ ਬੜੀਆਂ ਬਦਵਾਨੀਆਂ ਘੋੜਦੇ ਸੀ, ਗੱਲ 78 ਦੀ ਹੈ, ਗੱਲ 75 ਦੀ ਹੈ, ਅੱਜ ਉਹਨਾਂ ਦੀ ਜੀਵਾਨ ਨੂੰ ਲਕਵਾ ਮੱਝ ਗਿਆ। ਜਿਹੜੇ ਕਿਸਾਨੀ ਅੰਦੋਲਨ ਵੇਲੇ ਕਹਿੰਦੇ ਸੀ ਕੰਧੇੜੇ ਚੜਿਆ ਮੀਡੀਆ ਨਹੀਂ ਬਣਨਾ, ਕੰਧੇੜੇ ਚੜਿਆ ਮੀਡੀਆ, ਇਹਨੂੰ ਪਰਾਂ ਕਰੋ, ਇਹ ਕਰੋ, ਅੱਜ ਉਹ ਬੈਠੇ ਹੋਰ ਹੀ ਕਦੇ ਕਿਹਦਾ ਇੰਟਰਵਿਊ ਕਰਨ ਲਈ, ਕਦੇ ਕਿਹੜੀ ਰੱਬ ਹੈ ਕਿ ਨਹੀਂ ਹੈ, ਭੂਤਾਂ ਹੈ ਕਿ ਨਹੀਂ ਹੈ, ਫਲਾਨਾ ਹੈ ਕਿ ਨਹੀਂ ਹੈ, ਸਾਹਮਣੇ ਸਰਕਾਰ ਦਿਸੀ ਜਾਂਦੀ ਹੈ, ਕੀ ਕਰੀ ਜਾਂਦੀ ਹੈ, ਉੱਥੇ ਉਹ ਬੋਲਦੇ ਨਹੀਂ। ਜਿਹੜੇ ਪੱਤਰਕਾਰ ਬੜੇ ਲੀਡਰਾਂ ਦੇ ਘਰਾਂ 'ਚ ਰੋਟੀਆਂ ਖਾਂਦੇ ਸੀ, ਖਾਣੇ ਖਾਂਦੇ ਸੀ ਵੱਡੇ ਵੱਡੇ, ਠੀਕ ਹੈ, ਇੱਕ ਪ੍ਰੋਗਰਾਮ ਰੱਖ ਕੇ, ਉਹ ਵੀ ਅੱਜ ਮੈਂ ਤਾਂ ਦੇਖੇ ਨਹੀਂ ਕਿਤੇ ਗਰਾਊਂਡ 'ਤੇ ਕਿਸੇ ਨੂੰ ਸਵਾਲ ਪੁੱਛਦੇ। ਪੱਤਰਕਾਰ ਮੇਰੀ ਨਜ਼ਰ 'ਚ ਉਹ ਪੱਤਰਕਾਰ ਵੱਡਾ ਨਹੀਂ ਹੈ, ਉਹ ਮੀਡੀਆ ਵੱਡਾ ਨਹੀਂ ਹੈ ਜਿਹੜਾ ਵੱਡੇ ਲੀਡਰਾਂ ਦੀ ਇੰਟਰਵਿਊ ਕਰਦਾ, ਮੀਡੀਆ ਜਾਂ ਪੱਤਰਕਾਰ ਉਹ ਹੈ ਜਿਹੜਾ ਲੋਕਾਂ ਦੀ ਗੱਲ ਲੀਡਰਾਂ ਕੋਲ ਕਰਦਾ, ਲੋਕਾਂ ਦੀ ਗੱਲ ਲੀਡਰਾਂ 'ਤੇ ਪਹੁੰਚਾਉਂਦਾ। ਤੁਸੀਂ ਇੱਕ ਪਿੰਡ ਦੇ ਵਿੱਚ ਵੀ ਮਤਲਬ ਇੱਕ ਸ਼ਹਿਰ 'ਚ ਪੱਤਰਕਾਰੀ ਕਰਦੇ ਹੋ, ਜੇ ਤੁਸੀਂ ਉੱਥੇ ਬੈਠ ਕੇ ਉਹ ਹਲਕੇ ਦੇ ਜਾਂ ਉਹ ਲੋਕਾਂ ਦੀ ਗੱਲ ਪਹੁੰਚਾਉਣੇ ਹੋ ਲੋਕਾਂ ਤੱਕ, ਤਾਂ ਤੁਸੀਂ ਵੱਡੇ ਪੱਤਰਕਾਰ ਹੋ। ਚੰਡੀਗੜ੍ਹ ਬੈਠੇ ਉਹਨਾਂ ਘਟੀਆ ਪੱਤਰਕਾਰਾਂ, ਮੈਂ ਕਹੂੰਗਾ ਜਿਹੜੇ ਸਰਕਾਰ ਦਾ ਗੋਲਾ ਧੰਦਾ ਕਰਦੇ ਆ, ਸਰਕਾਰ ਦੀਆਂ ਦਲਾਲੀਆਂ ਕਰਦੇ ਆ, ਸਰਕਾਰ ਦੇ ਹਾਂ 'ਚ ਹਾਂ ਮਿਲਾਉਂਦੇ ਆ, ਸਰਕਾਰ ਨੂੰ ਸਵਾਲ ਕਰਨ ਦੀ ਬਜਾਏ ਉਲਟਾ ਲੋਕਾਂ 'ਤੇ ਉਹ ਸਵਾਲ ਥੋਪ ਦਿੰਦੇ ਆ ਕਿ ਇਹਦੇ ਵਿੱਚ ਤਾਂ ਲੋਕ ਹੀ ਜ਼ਿੰਮੇਵਾਰ ਹੈ, ਇਹ ਸਾਰਾ ਕੁਝ ਤਾਂ ਲੋਕ ਹੀ ਕਰ ਰਹੇ ਆ। ਸੋ ਪੰਜਾਬ ਦੇ ਵਿੱਚ ਦਲ ਬਦਲੀਆਂ ਦਾ ਦੌਰ ਚੱਲਿਆ, ਬੜਾ ਕੁਝ ਚੱਲਿਆ, ਉਹ 'ਤੇ ਸਵਾਲ ਨਹੀਂ ਉਠਾਉਣੇ। ਜਦੋਂ ਤੱਕ ਕੋਈ ਬੰਦਾ ਕਰ ਗਿਆ ਜੀ BJP ਜੁਆਇਨ, ਤਾਂ ਪੰਜਾਬ ਦਾ ਮੀਡੀਆ ਉਹ ਗੱਲ 'ਤੇ ਉੱਠਦਾ ਹੈ। ਜਦੋਂ ਕੋਈ ਆਮ ਆਦਮੀ ਪਾਰਟੀ 'ਚ ਆਉਂਦਾ, ਦੂਜੀ ਪਾਰਟੀ ਛੱਡ ਕੇ, ਉਦੋਂ ਉੱਥੇ ਸਵਾਲ ਨਹੀਂ ਹੁੰਦਾ ਵੀ ਕਿਉਂ ਦਲ ਬਦਲੀਆਂ ਚੱਲ ਰਹੀਆਂ। ਦੇਖੋ BJP 'ਚ ਵੀ ਕੋਈ ਬੰਦਾ ਦੂਜੀ ਪਾਰਟੀ ਛੱਡ ਕੇ ਆਉਂਦਾ, ਉਹ ਵੀ ਦਲ ਬਦਲੀ ਹੈ, ਸਵਾਲ ਉਹ 'ਤੇ ਵੀ ਜ਼ਰੂਰੀ ਹੈ। ਜੇ ਕੋਈ ਬੰਦਾ ਕਾਂਗਰਸ ਛੱਡ ਕੇ ਜਾਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਆਉਂਦਾ, ਤਾਂ ਉੱਥੇ ਵੀ ਸਵਾਲ ਜ਼ਰੂਰੀ ਹੈ। ਪਰ ਮਤਲਬ ਮੀਡੀਆ ਉਹੀ ਗੱਲ ਹੈ ਵੀ ਮੀਡੀਆ ਨੂੰ ਵਿਊ ਮਿਲ ਰਹੇ ਹੈ, ਕਦੇ ਤਾਂ ਹੁਣ ਕਦੇ ਚੁੰਮੇ ਵਾਲੀ ਭਾਬੀ ਆ ਗਈ, ਕਦੇ ਨੀਟੂ ਸ਼ਟਰ ਵਾਲਾ ਆ ਗਿਆ, ਕਦੇ ਕਿਹੜੇ ਆ ਗਏ। ਇਹ ਮਤਲਬ ਪਾਸ਼ ਅਵਤਾਰ ਪਾਸ਼ ਦੀ ਇੱਕ ਲੈਣ ਹੈ ਕਿ ਤੁਸੀਂ
ਮੈਥੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ। ਅਸਲ ਤਾਂ ਗੱਲ ਹੋਣੀ ਚਾਹੀਦੀ ਹੈ ਮੀਡੀਆ ਦੀ ਇਹ ਕਿ ਜੇ ਤੁਸੀਂ ਪੰਜਾਬ ਦੇ ਪੁੱਤ ਹੋ ਤਾਂ ਤੁਸੀਂ ਚਗਲਿਆਂ ਗੱਲਾਂ ਨਾ ਕਰੋ, ਤੁਸੀਂ ਗੱਲ ਕਰੋ ਮੁੱਦਿਆਂ ਦੀ। ਪਰ ਅਸਲ ਮੀਡੀਆ ਇਹ ਗੱਲਾਂ ਤੋਂ ਉਲਟਾ ਉਹ ਚਗਲੇ ਸਵਾਦਾਂ ਦੀ ਗੱਲ ਹੀ ਕਰਦਾ, ਉਹ ਕਦੇ ਲੋਕ ਮੁੱਦਿਆਂ ਦੀ ਗੱਲ ਨਹੀਂ ਕਰਦਾ।